ਮੱਥਾ ਡੇਕੀਏ ਤੇ ਮੀਂਹ ਵੀ ਪੈਣ ਲੱਗ ਪਿਆ ਯਾਰ। ਲੋ ਸਾਡੀ ਮੰਮੀ ਵੀ ਇੱਥੇ, ਸਾਰਾ ਪਰਿਵਾਰ ਮਿਲ ਗਿਆ ਇੱਥੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ। ਤੇ ਚੱਲਿਆ ਹੁਣ ਸਰਹੰਦ, ਤੇ ਸਾਰੇ ਜਾ ਰਹੇ ਗੱਡੀਆਂ ਤੇ, ਆਪਾਂ ਜਾਵਾਂਗੇ ਬਾਈਕ ਤੇ, ਕਿਉਂਕਿ ਯਾਰ ਬਾਈਕ ਰਾਈਡ ਕਰਨ ਦਾ ਬਹੁਤ ਮਜ਼ਾ ਆਉਂਦਾ ਆਪਾਂ ਨੂੰ। ਤੇ ਬਾਈਕ ਆਪਣੀ ਲੱਗੀ ਹੋਈ ਆ ਉੱਧਰ, ਕੱਪੜਾ ਕੁਪੜਾ ਵੈਸੇ ਮਾਰਤਾ ਮੈਂ। ਤੇ ਇਸ ਟਾਈਮ ਹਨੀ ਹੋ ਰਿਹਾ ਤਿਆਰ, ਆ ਲੱਗੀ ਬਾਈਕ ਤੇ ਹਨੀ ਹੁੰਦਾ ਪਿਆ ਵਾ ਤਿਆਰ। ਗਗਨ ਵੀ ਆ ਰਿਹਾ, ਹਲੇ ਚਾਰ ਪੰਜ ਜਾਣੇ ਹੈਗੇ ਆ, ਬਸ ਨਿਕਲ ਜਾਣਾ ਹੁਣ। ਤੇ ਮੌਸਮ ਵੀ ਯਾਰ ਪੂਰਾ ਠੰਡਾ ਹੋਇਆ, ਬੱਦਲ ਵਾਲਾ, ਕੋਈ ਪਤਾ ਨਹੀਂ ਮੀਂਹ ਮੂੰਹ ਆਜੇ। ਵੇਟ ਕਰ ਰਹੇ ਉਹਨਾਂ, ਜਿੱਦਾਂ ਹੀ ਆਉਂਦੇ ਆਪਾਂ ਨਿਕਲ ਜਾਣਾ ਵਾ। ਅਤੇ ਬਾਕੀ ਗੱਲਾਂ ਚੱਲਦੇ ਚੱਲਦੇ ਕਰਾਂਗੇ ਆਪਾਂ। ਧੁੰਦ ਹੌਲੀ ਹੌਲੀ ਵਧੀ ਜਾ ਰਹੀ ਆ, ਆਪਾਂ ਆ ਕੇ ਫਿਲਹਾਲ ਰੋਡ 'ਤੇ ਖੜ੍ਹ ਗਏ ਹਾਂ। ਹਨੀ ਵੀ ਆ ਗਿਆ ਨਾਲ, ਅਤੇ ਸਾਨੂੰ ਕਹਿ ਰਹੇ ਆ ਰਹੇ ਆ ਰਹੇ ਹਾਂ ਗਗਨ ਅਤੇ ਸੂਬਾ ਵਾਲੇ ਆ ਰਹੇ। ਸੂਬੇ ਦਾ ਪਤਾ ਨਹੀਂ ਹਲੇ ਆਏਗਾ ਨਹੀਂ ਆਏਗਾ, ਗਗਨ ਵੈਸੇ ਆ ਰਿਹਾ ਵਾ। ਆਪਣੀ ਰੈਡੀ ਆ, ਦਸਤਾਨੇ ਦਸਤੂਨੇ ਆਪਾਂ ਪਾ ਲਏ ਆ। ਠੰਡ ਯਾਰ ਵੈਸੇ ਹੈਗੀ ਆ, ਉੱਦਾਂ ਦੋ ਇਨਰ ਪਾਏ ਹੋਏ ਆਪਾਂ, ਮੈਂ ਕਿਹਾ ਠੰਡ ਨਾ ਲੱਗ ਜਾਵੇ, ਕਿਉਂਕਿ ਉੱਧਰ ਬਹੁਤ ਜ਼ਿਆਦਾ ਠੰਡ ਹੋਣੀ ਆ। ਹਲੇ ਤਾਂ ਆਪਣੇ ਇੱਧਰ ਸ਼ਹਿਰ ਆ ਤਾਂ ਕਰਕੇ ਘੱਟ ਹੁੰਦੀ ਆ, ਅਤੇ ਉੱਧਰ ਪੂਰੀ ਠੰਡਕ ਹੋਣੀ ਆ। ਨਹੀਂ ਬਣਿਆ ਹੋਇਆ ਮਾਊ ਬਿੱਲੀ, ਦੇਖ ਲਓ ਇੱਦਾਂ ਜਾਣਾ ਪੈ ਰਿਹਾ, ਕਿਉਂਕਿ ਠੰਡ ਹੀ ਬੜੀ ਹੈਗੀ ਆ ਯਾਰ। ਚਲੋ ਜੀ। ਓਹੋ ਹੋ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਾਰੇ ਕਰਾਰੇ ਪਕੌੜੇ ਲੈ ਕੇ ਪਹਿਲਾਂ ਸਟੋਪ ਕੀਤਾ ਆਪਾਂ, ਹਲੇ ਉਹੀ ਪਕੌੜਿਆਂ ਦਾ ਸਵਾਦ ਨਜ਼ਾਰਾ ਆ ਗਿਆ ਪੂਰਾ। ਸਹੀ ਗੱਲ ਆ ਯਾਰ, ਬਾਕੀ ਸੰਗਤ ਤੁਸੀਂ ਦੇਖ ਸਕਦੇ ਹੋ, ਕਾਫੀ ਜ਼ਿਆਦਾ ਸੰਗਤ ਆਈ ਹੋਈ ਆ। ਹਲੇ ਤਾਂ ਯਾਰ ਉੱਥੇ ਪਤਾ ਨਹੀਂ ਕਿੰਨੀ ਕੁ ਸੰਗਤ ਹੋਣੀ ਆ, ਫਿਲਹਾਲ ਇੱਥੇ ਹੀ ਹਲੇ ਇੰਨੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਆ। ਬੰਦੇ ਸਾਡੇ ਰਹਿ ਗਏ ਜੀ ਪਿੱਛੇ, ਮੈਂ ਕਿਹਾ ਥੋੜ੍ਹੀ ਦੇਰ ਆਪਾਂ ਖੜ੍ਹ ਜਾਂਦੇ ਹਾਂ, ਕਈ ਵਾਰੀ ਦਿੱਕਤ ਦੁੱਕਤ ਆ ਜਾਂਦੀ ਆ ਯਾਰ, ਹੈ ਨਾ। ਆਹੀ ਫਿਰ ਆਪਣੇ ਮੋਟਰਸਾਈਕਲ ਦਾ ਜੇ ਫਸੇ ਨਹੀਂ ਹੈਗੇ ਆਪਾਂ, ਜੇ ਗੱਡੀ ਹੁੰਦੀ ਤਾਂ ਫਸ ਜਾਣਾ ਸੀ। ਹੌਲੀ ਹੌਲੀ ਕਛੂਏ ਦੀ ਚਾਲ ਜਾਣਾ ਪੈਣਾ ਸੀ। ਨੌ ਹੁਣ ਨਿਕਲ ਗਏ ਅੱਗੇ, ਉਹ ਦੇਖ ਲਓ ਜੀ, ਕਈ ਮੁੰਡੇ ਇੱਥੋਂ ਪੈਦਲ ਜਾਂਦੇ ਆ, ਕਾਫੀ ਦੂਰੋਂ ਦੂਰੋਂ ਪੈਦਲ ਆਉਂਦੇ ਆ ਦੇਖਿਆ, ਹੈ ਨਾ। ਪਿੰਡਾਂ ਪੁੰਡਾਂ ਦੇ ਨੇੜੇ ਤੋਂ ਪੈਦਲ ਨਿਕਲ ਜਾਂਦੇ ਹੋਣੇ ਨਾ। ਆਏ ਕਰ ਲਓ ਆਏ ਇਸ 'ਤੇ ਥੋਮਸ, ਥੋਮਸ ਜੀ ਸੀਗੇ ਯਾਰ, ਹੈ ਨਾ, ਥੋਮਸ ਜੀ ਸੀਗੇ। ਥੋਮਸ ਯਾਰ ਦੇਖਿਆ ਹੋਏਗਾ ਯਾਰ, ਉਹ ਮਤਲਬ ਪਤਾ ਨਹੀਂ ਕਿੱਧਰ ਦਾ ਵਾ, ਉਹ ਸ਼ਾਇਦ ਪਹਿਲਾਂ ਕ੍ਰਿਸਚਨ ਸੀਗਾ, ਹੁਣ ਆਪਣੀ ਕਾਫੀ ਮਤਲਬ ਗੁਰੂਆਂ ਨਾਲ ਜੁੜਿਆ ਵਾ, ਅਤੇ ਉਹ ਸੀਗਾ ਬੰਦਾ, ਵੀਡੀਓ ਦੇਖਿਆ ਹੋਏਗਾ ਯਾਰ। ਹੁਣ ਥੋੜ੍ਹੀ ਜਿਹੀ ਬਣੀ ਸੀ ਪਹਿਲਾਂ, ਉਹ ਭੁੱਲ ਗਿਆ ਕੈਮਰਾ ਔਨ ਕਰਨ, ਮੈਨੂੰ ਲੱਗਾ ਜੀ ਔਨ ਹੀ ਆ। ਅਤੇ ਥੋਮਸ ਥਾਪਰ, ਹੈ ਨਾ, ਥੋਮਸ ਹੀ ਆ ਮਤਲਬ, ਸ਼ਾਇਦ ਇੱਦਾਂ ਹੀ ਆ ਗਈ। ਅਤੇ ਸਾਨੂੰ ਲੱਗਦਾ ਇੱਥੋਂ ਹੀ ਜਾਮ ਸ਼ੁਰੂ ਹੋ ਗਿਆ, ਇੱਥੋਂ ਹੀ ਰਸ਼ ਬਹੁਤ ਪੈ ਗਿਆ, ਨੇੜੇ ਤੇੜੇ ਹੀ ਆ ਗਏ ਹਾਂ ਮਤਲਬ ਕਿ। ਲਓ ਜੀ ਹੱਥ ਦੇ ਤਾ ਪੁੱਛੀ, ਇਹਨੇ ਕਹਿੰਦੇ ਰੁੱਕ ਤੋਂ ਜਾਮ ਹੋ ਗਿਆ ਜਾਮ। ਮਾਤਾ ਜੀ ਉਹ ਖੜੀ ਆ ਨਾ ਵਿੱਚ, ਪਤਾ ਨਹੀਂ ਲੱਗ ਰਿਹਾ। ਖੜ ਜਾਓ ਜੀ ਖੜ ਜਾਓ, ਮੈਂ ਖੜਾ ਸੁਣਦੇ ਨਹੀਂ, ਕਹਿੰਦਾ ਕਹਿੰਦਾ ਮੇਰੀ ਸੁਣਦੇ ਹੀ ਨਹੀਂ। ਨਹੀਂ ਸਾਰੇ ਇੱਧਰ ਹੀ ਜਾ ਰਹੇ ਆ, ਪੁੱਛ ਲਓ ਫੋਨ ਕਰਕੇ ਇੱਕ ਵਾਰੀ, ਫੋਨ ਕਰਕੇ ਪੁੱਛ ਲਓ ਇੱਕ ਵਾਰੀ, ਹੈਂ ਪੁੱਛ ਲਈਏ ਇਹਨਾਂ ਨੂੰ। ਆ ਬਾਈ ਇੱਧਰੋਂ ਹੀ ਆ ਨਾ ਰਸਤਾ ਯਾਰ, ਇੱਧਰੋਂ ਹੀ ਆ ਨਾ ਰਸਤਾ, ਆਪਾਂ ਚਲੋ ਇਹਨਾਂ ਨੂੰ ਪੁੱਛ ਲਿਆ, ਕਹਿੰਦੇ ਹਾਂ ਇੱਧਰੋਂ ਹੀ ਆ ਰਸਤਾ, ਅਤੇ ਆਪਾਂ ਨਿਕਲ ਜਾਂਦੇ ਹਾਂ। ਉੱਥੇ ਜਾ ਕੇ ਖੱਬੇ ਹੋਣਾ। ਅੱਛਾ ਚੱਲ ਦੇਖ ਲੈ, ਜਿੱਥੇ ਤੱਕ ਜਾਂਦੇ ਮੋਟਰਸਾਈਕਲ, ਜਿੱਥੇ ਤੱਕ ਮੋਟਰਸਾਈਕਲ ਜਾਂਦੇ ਉੱਥੇ ਤੱਕ ਆਪਾਂ ਲੈ ਜਾਂਦੇ ਹਾਂ ਜਾਊਂਗੀਆਂ ਆਪਣੀਆਂ ਗੱਡੀਆਂ ਹੀ ਰੋਕੀਆਂ, ਉਹਦੇ ਬਾਈਕਾਂ ਲਈ ਤਾਂ ਜਾਣਦੇ ਸਾਨੂੰ ਰਸਤਾ ਮਿਲ ਗਿਆ। ਬਾਕੀ ਕਾਫੀ ਸੰਗਤ ਇੱਥੋਂ ਪੈਦਲ ਜਾ ਰਹੀ ਆ, ਅਤੇ ਵਧੀਆ ਅੱਗੇ ਜਾ ਕੇ ਲਾ ਦਾਂਗੇ, ਜਿੱਥੇ ਕੁ ਜਾ ਕੇ ਗਈ ਆਪਣੀ ਗੱਡੀ ਉੱਥੇ ਕੁ ਤੱਕ ਲਾ ਦਾਂਗੇ, ਬਾਅਦ 'ਚੋਂ ਰੋਕ ਦਾਂਗੇ।
बाकी कैमरे की बैटरी भी नहीं पता मैनू किन्नी रह गई है, फिर भी कोई गल नहीं थली जान दो एवं उधर जाइए जी। मैं कहते मैनू कह रहे और यार उ ना पहुँच भी गया, आप मिलना इन उतर के जो उत्थे टकरिया ना टकरिया उत्थे मिलांगे। हाँ देखो जी पैदल ही जा रही है इतों की, क्योंकि जेडे बसा बुसा तो आए हैं ट्रकों के है ना, तो पैदल ही इतों जाना पैदा क्योंकि जे गड्डिया लाओगे फिर उत्थे पहुँचने औखे हो जाने बंदे करके। हाँ तो कह रहे हमें जान दो है ना, तो ही कह रहे तू इतें ला दे गो। थॉमस जी आए थे पिछे गड्डी आन नहीं दी उन्होंने वो थोड़ा जहा कह रहे होने जा लैन दो पर इन्होंने जान नहीं दिता, कोई गल नहीं जी सारे एको ही है उन्होंने भी पता दे लो उतों बोल शुरू होया वा तो इतने तक पैदल ही आ रहे सारे। तो बाइक का आपको फायदा हो गया कि आप बाइक ले आए तो अगे तक आ गए हैं, इसलिए लाई हुई है फिल्म लाई हो गया। लो साडी मम्मी भी इतने सारा परिवार मिल गया इतें देखो ढाडे बाद चाहे पहला आ गए हैं इतने भी ला दिए फिर देख के सेफ जी जगह ला दो बस कहते घर दर दे मुझे गल सही है पेड़ नहीं है फिर पिछे ला दें फिर हाँ इतने लाना मोटरसाइकिल कितने ला दें अगे किधर पा इधर हैगी बस पार्किंग जगह मसा मिली सी तो किसी तरह लभ लुभ के हाँ भी मोटरसाइकिल ला ही दिता। तो फिलहाल भीड़ बहुत ज़्यादा यार बहुत, तो मेरा माइक का यार वो कबाल जो होंगे ना जो उत्ते विंड नॉइज वाला हों वो भी गवाच गया तो मीह भी शुरू हो गया हूँ ये नहीं पता जाव कि फिलहाल तो मत्था टेकना यार पहला बाकी वॉइस थोड़ी बहुत इदा ही आँदी होनी है क्योंकि पता इन्ना रोड़ा है मैं ता ही माइक लाया वा हले भी यार घट्टो घट एक किलोमीटर पिया वा तो अं मोटरसाइकिल की पार्किंग लभदे लभदे इन्नी दूर पहुँच गए तो हूँ जाते उधरों भी मत्था टेक लाँगे ना इधरों पहले संडेपुर मत्था टेक लीए तो रश पूरा होया हो दब के एन हले काफ़ी टाइम लग जाना ही मैं क्या भुख लगी आ पहला खा लीए टोस्ट लगे हुए जी टोस्ट कभी भी नहीं छड़ने इतने बस होनी है पहला लाने आप जोड़े जोड़े ला के फिर आराम ना जावे भाई पहला पिछे जोड़े ला लगे ही करके लाई नहीं मैं चल यार अगे लावे हम एक तो जी बाह फड़निया पै रही सू अन्नी बाह फड़ी भी गवाच ना जावा मैं तो भीड़ इतने ज्यादा गवा रही जल्दी लभना नहीं है ऑन हो गई शायद वधिया ही आ रही होनी इहदे च छोटे साहबजादे की फिल्म चलती हुई टेक लिया हूँ जाते पे घर घर जाना काफ़ी लेट हो गया।